0107 ਦੇ ਉੱਤੇ ਸਾਡੇ ਨਾਲ ਸਰੋਤੇ ਆ ਜੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਬ੍ਰੈਂਪਟਨ ਤੋਂ ਮਨਪ੍ਰੀਤ ਬੋਲ ਰਿਹਾ। ਹਾਂਜੀ ਤੁਸੀਂ ਆਉਨੇ ਰਹੋ ਜੀ। ਸਤਿ ਸ਼੍ਰੀ ਅਕਾਲ। ਹੋਰ ਭਾਜੀ, ਮੈਂ ਕਿਹਾ ਆਹ ਦੇਖੋ ਜਿੱਦਾਂ ਦੀਆਂ ਗੱਲਾਂ ਕਰਦੇ ਆ ਇਹ ਟਕਸਾਲੀ, ਕਿੰਨੀ ਕਮੀਨਗੀ ਵਾਲੀ ਗੱਲ ਹੈ ਵੀ ਸਾਰਾ ਜੱਗ ਜਾਣਦਾ ਤੁਹਾਨੂੰ, ਉਹ ਤੁਸੀਂ ਪਿੱਛੇ ਤੁੰਬੀਆਂ ਫੜ ਕੇ ਊ ਕਰਦੇ ਹੁੰਦੇ ਜੱਗ ਵਾਲੇ ਨਾਲ, ਹਨਾ, ਵੀ ਕਿਹਨੂੰ ਨੀ ਪਤਾ, ਕਿਹਨੂੰ ਨੀ ਪਤਾ ਵੀ ਤੁਸੀਂ ਟਕਸਾਲ ਦੇ ਬੰਦੇ ਹੋ, ਉਹਨਾਂ ਦੇ ਹੱਥ ਚੁੱਕੇ ਹੋ ਭਾਜੀ। ਬਸ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਹ ਇਹ ਨਾ ਇਹਨਾਂ ਨੇ ਕੰਜਰ ਕਿੱਦਾਂ ਪਾਉਣਾ ਸੀ, ਉਹ ਇਹਨਾਂ ਦਾ ਪਿਆਰ ਨੀ ਬਸ ਹਨਾ, ਉਹਦੇ ਤੋਂ ਇਹ ਖੁੰਝ ਗਏ। ਬਸ ਹੁਣ ਇਹਨਾਂ ਨੂੰ ਇਹ ਹੈ ਵੀ ਕਿਹੜੀ ਘੜੀ ਇਹਨਾਂ ਦੇ ਅੰਦਰ ਵਾਲੇ ਆਉਂਦੇ ਪਏ ਆ ਵੀ ਕਿਹੜੀ ਘੜੀ ਕਿੱਦਾਂ ਪਾ ਲਈਏ, ਵੀ ਤੁਸੀਂ ਓਦਾਂ ਹੀ ਲਾ ਕੇ ਪਾ ਲਓ ਕਿਤੇ, ਸਿੱਧਾ ਘੁੰਮ ਘੁੰਮ ਕੇ ਘੁੰਮ ਕੇ ਆਉਂਦੇ ਆ, ਪਰ ਕਦੀ ਵੀ ਆਪਣੀ ਗੱਲ ਦਾ ਭਾਜੀ ਪ੍ਰਮਾਣ ਨੀ ਦਿੰਦੇ। ਜਿਹੜਾ ਬੰਦਾ ਸੱਚਾ ਹੁੰਦਾ ਨਾ ਜੀ, ਉਹ ਆਪਣੀ ਗੱਲ ਦਾ ਨਾਲ ਪ੍ਰੂਫ ਦਿੰਦਾ, ਭਾਈ ਆਹ ਦੇਖੋ ਮੇਰੇ ਨਾਲ ਆਹ ਚਾਰ ਬੰਦੇ ਖੜੇ ਸੀ, ਐਵੇਂ ਹੀ ਕਹੀ ਜਾਣਗੇ ਜੀ ਉਹ ਉਸ ਮੈਨੂੰ ਉਹ ਸਾਡੇ ਨਾਲ ਉਹ ਗੁਰਦੁਆਰੇ ਦੀ ਕਮੇਟੀ ਖੜੀ ਸੀ ਸਾਡੇ ਨਾਲ, ਚਲੋ ਜੇ ਤੇਰੇ ਨਾਲ ਸਾਰੀ ਹਨਾ ਜਿੱਦਾਂ ਕਹਿੰਦਾ ਮੇਰੇ ਨਾਲ ਕੈਲੀਫੋਰਨੀਆ ਦੀ ਫ੍ਰੈਜ਼ਨੋ ਸੰਗਤ ਖੜੀ ਸੀ ਤੇ ਤੂੰ ਕਿੰਨਾ ਵਿਰੋਧ ਕਰਨ ਗਿਆ। ਨਹੀਂ ਨਹੀਂ ਭਾਈ ਸਾਹਿਬ ਦਾ ਇੰਨਾ ਹੀ ਹੇਜ ਹੈ, ਕਮੇਟੀ ਦਾ ਨਹੀਂ ਗਿਆ, ਕਮੇਟੀ ਦਾ ਨਾਂ ਲੈ ਦੇਵੇ ਜੀ, ਅਸੀਂ ਉਹਦਾ ਫੋਨ ਨੰਬਰ ਅਸੀਂ ਪਤਾ ਆਪੇ ਕਰ ਲੈਣਾ ਆ, ਅਸੀਂ ਕਮੇਟੀ ਦੇ ਪ੍ਰਧਾਨ ਨੂੰ ਸਕੱਤਰ ਨੂੰ ਅਸੀਂ ਫੋਨ ਕਰਾਂਗੇ, ਉਹਨੂੰ ਪੁੱਛਾਂਗੇ ਵੀ ਮਨਜੀਤ ਸਿੰਘ ਪਾਤੜਾਂ ਵਾਲਾ ਆ ਗੱਲ ਕਹਿੰਦਾ ਆ ਕਿ ਤੁਸੀਂ ਤਿਆਰ ਸੀਗੇ ਲਾਉਣ ਨੂੰ, ਉਹ ਤੋਂ ਬਾਅਦ ਅਸੀਂ ਭਾਈ ਸਾਹਿਬ ਨੂੰ ਪੁੱਛ ਲਾਂਗੇ, ਉਹਨਾਂ ਦੇ ਬੰਦੇ ਜਿਹੜੇ ਉਹਨਾਂ ਦੇ ਆਰਗੇਨਾਈਜ਼ਰ ਠਵਾਲ ਹੁਣੀ ਹੈਗੇ ਆ, ਉਹਨਾਂ ਨੂੰ ਫੋਨ ਕਰਕੇ ਪੁੱਛ ਲਾਂਗੇ ਵੀ ਉਹ ਕਮੇਟੀ ਜਦੋਂ ਖੜੀ ਸੀ ਤੁਸੀਂ ਦਬਾਅ ਕਿਉਂ ਨਹੀਂ ਕੀਤਾ, ਪਤਾ ਲੱਗ ਜਾਊਗਾ। ਬਿਲਕੁਲ ਸਾਰੇ ਭਾਜੀ, ਚਲੋ ਸਾਰੀਆਂ ਗੱਲਾਂ ਫਸੇ ਆ ਹਨਾ, ਹੁਣ ਮੰਨ ਲਓ ਵੀ ਜੇ ਮੇਰੇ ਮਨ ਦੇ ਵਿੱਚ ਭਾਈ ਸਾਹਿਬ ਦਾ ਸਤਿਕਾਰ ਹੈ ਹਨਾ, ਅਸੀਂ ਬ੍ਰੈਂਪਟਨ ਰਹਿੰਦੇ ਹਾਂ ਤੇ ਸਾਡੇ ਇੱਥੇ ਆਏ ਸੀ ਸਾਡੇ ਵਾਲੇ ਜਿਹੜੇ ਇੱਥੋਂ ਬੰਦਿਆਂ ਨੇ ਵਿਰੋਧ ਕੀਤਾ, ਅਸੀਂ ਉਹਨਾਂ ਡਟ ਕੇ ਵਿਰੋਧ ਕੀਤਾ, ਤੇ ਤੂੰ ਕਿੰਨਾ ਵਿਰੋਧ ਕੀਤਾ, ਤੂੰ ਵੀਡੀਓ ਪਾਉਂਦਾ ਜਾ ਕੇ ਭਾਈ ਜੇ ਹਨਾ ਜੇ ਭਾਈ ਸਾਹਿਬ ਦੇ ਦੁਆਨ ਇੱਥੇ ਨਹੀਂ ਲੱਗੇ, ਜਿਹੜੇ ਬੰਦੇ ਭਾਈ ਸਾਹਿਬ ਦਾ ਵਿਰੋਧ ਕਰਨ ਵਾਲੇ ਸੀ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ, ਅਸੀਂ ਉਹਨਾਂ ਦੇ ਘਰ ਅੱਗੇ ਜਾ ਕੇ ਏਦਾਂ ਕਰਦੇ, ਚੱਲ ਜੋ ਵੀ ਹੈ ਹਨਾ ਤੂੰ ਕਰਦਾ, ਤੂੰ ਕਿੰਨਾ ਕੀਤਾ, ਕੀਤਾ ਤੂੰ ਕੁਛ ਨੀ, ਇਹ ਚੀਚੀ ਨੂੰ ਖੂਨ ਲਾ ਕੇ ਭਾਜੀ ਸ਼ਹੀਦ ਮੰਨਣਾ ਚਾਹੁੰਦੇ ਆ, ਕੋਈ ਸ਼ੱਕ ਨੀ ਜੀ, ਆਪਣੇ ਹਾਂ ਆਪਣੇ ਆਪ ਦੀ ਵਡਿਆਈ ਕਰਾਉਣਾ ਚਾਹੁੰਦੇ ਆ, ਇਹ ਮੂਰਖਾਂ ਨੂੰ ਇਹ ਨੀ ਪਤਾ ਹੁਣ ਉਹ ਟਾਈਮ ਨੀ ਰਿਹਾ ਜਦੋਂ ਜੋ ਤੁਸੀਂ ਕਿਹਾ ਉਹ ਲੋਕਾਂ ਨੇ ਮੰਨ ਲਿਆ, ਜੋ ਤੁਹਾਡੇ ਉਹਨਾਂ ਨੇ ਜੋ ਤੁਹਾਡੇ ਗੱਪੀਆਂ ਨੇ ਕਿਹਾ ਵੱਡਿਆਂ ਨੇ ਉਹ ਲੋਕਾਂ ਨੇ ਉਹ ਮੰਨ ਲੈਣਾ, ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਭਾਈ ਸਾਹਿਬ ਦੀ ਜੋ ਮਰਜ਼ੀ ਹੈ, ਇੰਨੀ ਫੋਨ ਫੋਲੋਇੰਗ ਹੈ ਭਾਜੀ, ਇਹਨਾਂ ਨੂੰ ਡਰੀ ਇਸ ਚੀਜ਼ ਦਾ। ਨਹੀਂ ਨਹੀਂ ਉਹ ਹੁਣ ਜੋ ਜੋ ਇੱਛਾ ਹੈ ਨਾ ਇਹਨਾਂ ਦੀ ਵੀ ਦੋਗਲੇ ਜਿਹੇ ਬਣ ਕੇ ਗਬਲੇ ਜਿਹੇ ਬਣ ਕੇ ਕਮੀਣੇ ਜਿਹੇ ਬਣ ਕੇ ਅਸੀਂ ਆਪਣਾ ਮਸਲਾ ਹੱਲ ਕਰ ਲਈਏ, ਉਹ ਸੂਤ ਨਹੀਂ ਆ ਰਿਹਾ, ਧੁੰਦੇ ਹੁਣਾਂ ਦਾ ਇਹਨਾਂ ਦਾ ਆਉਂਦਾ ਰਿਹਾ ਹਨਾ, ਹੁਣ ਬਾਬਾ ਇਹਨਾਂ ਦੇ ਕਾਬੂ ਨਹੀਂ ਆ ਰਿਹਾ, ਜਿਸ ਕਰਕੇ ਇਹ ਪਿੱਟ ਸਿਆਪਾ ਇਹਨਾਂ ਦੀ ਫਰਸਟ੍ਰੇਸ਼ਨ ਵਧੀ ਜਾਂਦੀ ਵੀ ਅਸੀਂ ਯਾਰ ਇੰਨੀਆਂ ਕਮੀਣਗੀਆਂ ਕਰੀ ਜਾਂਦੇ, ਸੂਤ ਫੇ ਨਹੀਂ ਆ ਰਿਹਾ ਸਾਡਾ। ਹੋਰ ਤੁਸੀਂ ਇਹ ਚਾਹੁੰਦੇ ਹੋ ਪਾਟੇ ਕੱਪੜੇ ਹੋਣ ਹਨਾ ਜੀ, ਤੇ ਹੱਥ ਚ ਉਹਨੇ ਠੂਠਾ ਫੜਿਆ ਹੋਵੇ, ਉਹ ਗੱਲ ਕਰੇ ਭਾਈ ਆ ਜੋ ਮੈਂ ਗੱਲ ਕਰਦਾ ਹਨਾ, ਉਹ ਸਾਡਾ ਪ੍ਰਚਾਰਕ ਹੈ, ਬਿਲਕੁਲ ਜੀ, ਤੁਸੀਂ ਭਾਈ ਜਿਹੜਾ ਜਿਹੜੀ ਕਤੀੜ ਰੌਲਾ ਪਾਉਂਦੇ ਆ ਪ੍ਰਭ ਦੀ, ਪੀ ਅੱਗੇ ਲੋਈਆਂ ਦੀ ਗੱਲ ਕਰਦਾ ਸੀਗਾ, ਤੁਹਾਨੂੰ ਕੀ ਪਤਾ ਇਹਦੇ ਬਾਰੇ, ਠੀਕ ਹੈ, ਤੁਹਾਡੀ ਤੁਹਾਡੀ ਉਹ ਤੁਹਾਡੀ ਕੀਮਤ ਦੇ ਇਹਨਾਂ ਨੂੰ ਪੁੱਛੋ ਜਾਗਰੂਕਾਂ ਨੂੰ, ਤੁਹਾਡੀ ਸਾਰੀ ਕੀਮਤ ਦੇ ਤਾਂ ਅਗਲੇ ਨੇ ਕੁੱਤੇ ਪਾਲ ਕੇ ਰੱਖੇ ਹੋ, ਆ ਕੰਮ ਕਰੋ ਜਾ ਕੇ ਆਪਣਾ, ਜਿਹੜੇ ਟੁੱਕੜ ਜਿਹੜੇ ਤੁਸੀਂ ਕੋ ਪੈਸਾ ਦਿੱਤਾ ਚੱਕ ਕੇ ਭਜੋ, ਠੀਕ ਹੈ, ਨਾ ਨਾ ਦੁੱਕੀ ਦਿੱਤੀ ਤੁਸੀਂ ਕਿਤੇ, ਨਾ ਵਾਸਤਾ ਗੱਲਾਂ ਮਾਰੀ ਜਾਣੇ, ਏਦਾਂ ਏਦਾਂ ਉਹਦੇ ਨਾਲ ਕੀ ਹੋ ਜਾਣਾ ਤੁਹਾਡਾ।
ਨਾ ਜੀ ਨਾ ਨਾ ਭਾਜੀ, ਸਾਰੇ ਮੁਲਕ ਨੂੰ ਪਤਾ ਲੱਗਣ ਲੱਗ ਗਿਆ ਜੀ ਅੱਜ ਕੱਲ ਤਾਂ ਪਿੰਡਾਂ ਦੇ ਵਿੱਚ ਵੀ ਲੋਕ ਸਿਆਣੇ ਹੋ ਗਏ, ਅੱਗੇ ਪਿੰਡਾਂ ਚ ਲੋਕੀ ਇਹਨਾਂ ਨੂੰ ਮੰਨਦੇ ਹੁੰਦੇ ਸੀ ਬਾਬੇ ਆ ਬਾਬੇ ਆ ਬਾਬੇ ਆ, ਹਨਾ ਮੈਂ ਮਾਝੇ ਨੂੰ ਬਿਲੋਂਗ ਕਰਦਾ, ਅਸੀਂ ਉਹ ਕਹਿਣਾ ਬਾਬੇ ਆ ਜੀ, ਐਵੇਂ ਬਸ ਐਵੇਂ ਐਵੇਂ ਕੰਨ ਘਿੜ ਕੇ ਜਾਣਾ ਬਾਬੇ ਬਾਬੇ ਬਾਬੇ, ਹੁਣ ਨੀ ਮੰਨਦਾ ਕੋਈ ਇਹਨਾਂ ਨੂੰ, ਇਹਨਾਂ ਨੂੰ ਚਿੰਤਾ ਹੀ ਇਸ ਚੀਜ਼ ਦੀ ਹੈ ਵੀ ਸਾਡੇ ਹੱਥੋਂ ਸਾਰਾ ਕੁਛ ਖਿਸਕ ਗਿਆ। ਨਹੀਂ ਨੇ ਬਾਕੀਆਂ ਨੂੰ ਵੀ ਬੇਨਤੀ ਆ ਭਾਈ, ਖਬਰਦਾਰ ਜੇ ਕਿਸੇ ਬੰਦੇ ਨੂੰ ਇਸ ਗੱਲੋਂ ਇਤਰਾਜ਼ ਆ ਨਾ ਵੀ ਮਹਿੰਗੇ ਕੱਪੜੇ ਆ ਜੀ, ਮਹਿੰਗੀ ਲੋਈ ਆ, ਕਿਉਂ ਆ ਤੁਸੀਂ ਜਿਹੜਾ ਕੋਈ ਬੰਦਾ ਉੱਥੇ ਦਿੰਦਾ ਆ ਪੈਸਾ, ਖਬਰਦਾਰ ਜੇ ਉਹਨੂੰ ਪੈਸਾ ਦਿੱਤਾ, ਕੰਮ ਕਰੋ ਜਾ ਕੇ ਆਪਣਾ, ਕੋਈ ਬੰਦਾ ਕੰਡੀਸ਼ਨ ਦੇ ਉੱਤੇ ਨਾ ਕਰੇ, ਅਗਲੇ ਦੀ ਮਰਜ਼ੀ ਆ ਜੋ ਮਰਜ਼ੀ ਕਰੇ, ਠੀਕ ਆ। ਮੈਂ ਕਹਿੰਦਾ ਸਾਡਾ ਤੇ ਮਨ ਦੀ ਤਮੰਨਾ ਹੈ ਵੀ ਭਾਈ ਸਾਹਿਬ ਜਦੋਂ ਕਹਿੰਦੇ ਨਾ ਵੀ ਕਰੋੜ ਦਾ ਫੋਨ ਰੱਖਿਆ, ਮੇਰੇ ਤਾਂ ਮਨ ਦੀ ਤਮੰਨਾ ਹੈ ਭਾਈ ਸਾਹਿਬ 10 ਕਰੋੜ ਦਾ ਫੋਨ ਰੱਖਣ। ਨਹੀਂ ਉਹਨਾਂ ਕੋਲ ਆਪਣੇ ਜਹਾਜ਼ ਹੋਣਗੇ ਜਾਣੀ, ਤੁਸੀਂ ਕੌਣ ਹੁੰਦੇ ਆ ਭਾਈ? ਬਿਲਕੁਲ ਹੁਣ ਬਿਲਕੁਲ ਹੋਵੇ ਜੀ, ਬਿਲਕੁਲ ਸਾਡੀ ਤਾਂ ਤਮੰਨਾ ਹੈ ਇਸ ਚੀਜ਼ ਦੀ, ਅਸੀਂ ਇਸ ਚੀਜ਼ ਦੇਖਣਾ ਚਾਹੁੰਦੇ ਹਾਂ ਵੀ ਸਾਡਾ ਉਹ ਪ੍ਰਚਾਰਕ ਹੈ ਉਹਦੇ ਕੋਲ ਉਹ ਚੀਜ਼ ਹੋਵੇ ਜਿਹੜੀ ਦੁਨੀਆਂ 'ਚ ਕਿਸੇ ਕੋਲ ਨਾ ਹੋਵੇ। ਨਹੀਂ ਨਹੀਂ ਜੋ ਤੁਸੀਂ ਇੱਕ ਪਾਸੇ ਤਾਂ ਇਹ ਕਹਿੰਦੇ ਆ ਸਾਡੇ ਤਾਂ ਕੋਈ ਨੀ ਉਹਦਾ ਹੀਰਾ ਸਾਡਾ, ਤੇ ਫਿਰ ਉਹਨੂੰ ਵੀ ਕਹੋ ਵੀ ਉਹਨੇ ਕਿਉਂ ਰੱਖਿਆ ਹੋਇਆ ਸੀ। ਨਹੀਂ ਨਹੀਂ ਥੈਂਕ ਯੂ ਜੀ, ਕੋਈ ਸ਼ੱਕ ਨੀ ਜੀ ਇਹਦੇ ਵਿੱਚ, ਜੇ ਜੇ ਇਹਨਾਂ ਦੀਆਂ ਇਹਨਾਂ ਦੇ ਕਹਿਣ ਨਾਲ ਥੋੜੀ ਫੈਸਲੇ ਹੋਣੇ ਆ, ਠੀਕ ਹੈ, ਮਰਜ਼ੀ ਆ, ਨਾਲੇ ਉਹ ਇਹਨਾਂ ਦੀ ਤਾਂ ਤੜ ਭੰਨਣੀ ਆ ਜਾਣੀ, ਉਹ ਤਾਂ ਜਿੱਦ ਦੇ ਨਾਲ ਕਰਨਾ ਚਾਹੀਦਾ, ਉਲਟ ਕਰਨਾ ਚਾਹੀਦਾ, ਇਹ ਕੌਣ ਹੁੰਦੇ ਆ ਕਰਨ ਵਾਲੇ, ਠੀਕ ਹੈ, ਇਹਨਾਂ ਦੀ ਥੋੜਾ, ਇਹ ਤਾਂ ਬੰਦੇ, ਇਹ ਤਾਂ ਮੰਗ ਖਾਣੀਆਂ ਜਾਤਾਂ, ਮੈਂ ਜਾਣਦਾ ਯਾਰ ਨਿਊਜ਼ੀਲੈਂਡ ਦਾ ਮੇਰਾ ਤਜਰਬਾ ਆ, ਇਹ ਤਾਂ ਬੰਦੇ ਹਮੇਸ਼ਾ ਹੀ ਇਹਨਾਂ ਦੀ ਜਿਹੜੀ ਨਿਗਾਹ ਆ ਨਾ ਜਾਣੀ, ਕਾਂ ਕਹਿੰਦੇ ਜਿੰਨਾ ਮਰਜ਼ੀ ਸਿਆਣਾ ਹੋ ਜਾਏ ਜਦੋਂ ਚੁੰਝ ਮਾਰਦਾ ਨਾ ਜਾ ਕੇ ਉਹ ਗੋਹੇ ਦੇ ਉੱਤੇ ਪਾਥੀ ਦੇ ਉੱਤੇ ਜਾ ਕੇ ਮਾਰਦਾ, ਖੇਹ ਦੇ ਉੱਤੇ ਮਾਰਦਾ, ਇਹ ਬੰਦੇ ਇਹ ਤਾਂ ਬਹਾਨੇ ਦੇ ਇੱਕ ਭੇਸ ਬਣਾ ਕੇ ਭੇਖ ਬਣਾ ਕੇ ਰੂਪ ਧਾਰ ਕੇ ਧਰਮ ਦੇ ਵਿੱਚ ਆ ਵੜੇ ਆ ਇਹਨਾਂ ਦੇ ਨਾਲ। ਉਹ ਜਿਹੜਾ ਨਾਨਕ ਦਾ ਕੰਸੈਪਟ ਆ ਨਾ, ਕਿਸੇ ਵੀ ਗੱਲੋਂ ਜਿਹੜਾ ਬਾਦਸ਼ਾਹੀ ਦਾ ਕੰਸੈਪਟ ਆ, ਪਾਤਸ਼ਾਹੀ ਦਾ ਸੰਕਲਪ ਆ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹਦੀ ਔਕਾਤ ਹੀ ਹੈ ਨਹੀਂ। ਜਿਹੜਾ ਬੰਦਾ ਜਾਣੀ ਜਦੋਂ ਨਾ ਤੁਸੀਂ ਗੱਲ ਕਰਦੇ ਆ ਮਰਨੇ ਦੀ, ਠੀਕ ਆ, ਜਿਹੜਾ ਬੰਦਾ ਖਤਰਾ ਨਹੀਂ ਮੁੱਲ ਲੈ ਸਕਦਾ, ਉਹ ਜਾਨ ਤਲੀ ਤੇ ਰੱਖ ਕੇ ਕਿੱਦਾਂ ਤੁਰ ਸਕਦਾ ਉਹ, ਜਿਹੜਾ ਹਰੇਕ ਗੱਲ ਦੇ ਵਿੱਚੋਂ ਲਾਹਾ ਲਈ ਜਾਂਦਾ ਜਾਣੀ। ਇਹ ਤਾਂ ਇੱਦਾਂ ਆ, ਇਹਨਾਂ ਨੂੰ ਤਾਂ ਜੇ ਨਾ ਤੁਸੀਂ ਇੱਦਾਂ ਰੋਟੀ ਦਿੰਦੇ ਆ, ਇਹਨਾਂ ਦੇ ਮੂਹਰੇ ਰੋਟੀ ਰੱਖਦੇ ਆ, ਇਹਨਾਂ ਦੀ ਔਕਾਤ ਤਾਂ ਇੰਨੀ ਆ, ਇਹਨਾਂ ਦਾ ਬੱਸ ਚੱਲੇ ਜਾਣੀ, ਇਹ ਕਹਿ ਦੇਣ ਵੀ ਜਿੰਨੇ ਦੀ ਇਹ ਰੋਟੀ ਆ ਨਾ, ਜਿੰਨੇ ਦਾ ਖਾਣਾ ਤੁਸੀਂ ਇੰਨਾ ਮਹਿੰਗਾ ਮੈਨੂੰ ਦੇਣ ਲੱਗੇ ਆ ਵੀ ਮੈਨੂੰ ਪੈਸੇ ਦੇ ਦਿਓ, ਇੱਦਾਂ ਦੀ ਔਕਾਤ ਆ ਇਹਨਾਂ ਦੀ ਜਾਣੀ। ਤਾਂ ਹੀ ਤਾਂ ਮੰਗ ਖਾਣੇ ਕਹੀਦਾ ਇਹਨਾਂ ਨੂੰ, ਇਹਨਾਂ ਨੂੰ ਥੋੜੀ ਪਤਾ ਤੇ ਇੱਦਾਂ ਇਹ ਆਪ ਜੀ ਨਹੀਂ ਸਕਦੇ ਹਰੇਕ ਗੱਲ ਦੇ ਵਿੱਚੋਂ ਜਾਣੀ, ਹਰੇਕ ਗੱਲ ਦੇ ਵਿੱਚੋਂ। ਇਹਨਾਂ ਦੇ ਕਥਾਕਾਰਾਂ ਨੂੰ ਅਸੀਂ ਜਾਣਦੇ ਹਾਂ, ਜਦੋਂ ਕੋਈ ਚੀਜ਼ ਦਿੰਦਾ ਨਾ ਇਹਨਾਂ ਨੂੰ, ਇਹ ਉਸ ਵੇਲੇ ਇੱਦਾਂ ਚਾਹੁੰਦੇ ਹੁੰਦੇ ਆ ਵੀ ਚੀਜ਼ ਇਹ ਰੱਖ, ਹਾਂ ਪੈਸੇ ਦੇ ਦਿਓ ਸਾਨੂੰ, ਉੱਥੋਂ ਸਸਤੀ ਮਿਲ ਜਾਣੀ। ਵੀ ਕਿੰਨੇ ਕੁ ਦੀ ਆਉਂਦੀ ਆ ਜੀ ਇਹ, ਪਲਜਾਣੀ ਭਾਰੀ ਹੋਣੀ ਆ। ਹੁਣ ਅਗਲਾ ਪਹਿਲਾਂ ਪ੍ਰੈਸ ਲੈ ਕੇ ਆਉਂਦਾ $70-80 ਦੀ, ਹਨਾ, ਮੁੜ ਕੇ ਫਿਰ ਉਹਨੂੰ ਵਿਪਤਾ ਇਹ ਪੈ ਜਾਂਦੀ ਵੀ ਹੁਣ ਯਾਰ ਉਹ ਕਹਿੰਦਾ ਪੈਸੇ, ਚੱਲ ਇਹਨਾਂ ਨੂੰ ਪੈਸੇ ਦੇ ਦਿਓ ਅਸੀਂ ਮੋੜਾਂਗੇ, ਅੰਦਰ ਇਹਨਾਂ ਦਾ ਖੋਟ ਹੁੰਦਾ ਹੈ। ਇਹ ਉਸੇ ਕਸਵੱਟੀ ਦੇ ਉੱਤੇ ਲਾ ਕੇ ਉਹ ਭਾਈ ਸਾਹਿਬ ਨੂੰ ਦੇਖ ਰਹੇ, ਇਹਨਾਂ ਨੂੰ ਕੀ ਸਮਝ ਆਉਣੀ ਗੱਲਾਂ ਤੋਂ ਸਿਵਾਏ ਭਾਈ ਸਾਹਿਬ ਕੋਲ ਜੋ ਵੀ ਹੈਗਾ, ਹਾਂ ਬਸ ਸਾਰੀ ਨਜ਼ਰ ਉਹਦੇ ਤੇ ਆ, ਉਹਦੇ ਉੱਤੇ ਆ। ਉਹ ਗੱਲਾਂ ਦਾ ਜਵਾਬ ਨਹੀਂ ਦੇ ਰਹੇ, ਜਦਕਿ ਦੇਣਾ ਦਲੀਲ ਦੇ ਨਾਲ ਉਹ ਗੱਲਾਂ ਦਾ ਜਵਾਬ ਦੇਣਾ। ਨਹੀਂ ਨਹੀਂ, ਜਵਾਬ ਕੀ ਦੇਣਗੇ, ਮੈਂ ਕਹਿੰਦਾ ਉਹ ਸਹਿਮਤ ਨੇ ਭਾਈ ਸਾਹਿਬ ਦੀ ਗੱਲਾਂ ਦੇ ਨਾਲ, ਪਰ ਬਾਕੀ ਇਹਨਾਂ ਨੂੰ ਕੋਈ ਗੱਲਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਕੁਛ ਨੀ, ਭਾਈ ਸਾਹਿਬ ਜੋ ਮਰਜ਼ੀ ਕਹਿ ਦੇਣ ਸਭ ਮਨਜ਼ੂਰ ਹੈ ਇਹਨਾਂ ਨੂੰ, ਪਰ ਉੱਥੇ ਆ ਸਾਨੂੰ ਨਾਲ ਸ਼ਾਮਿਲ ਕਰਨਾ। ਇਨਫੀਰੀਅਰਟੀ ਵੀ ਇਹਨਾਂ ਨੂੰ ਤਾਂ ਹੀ ਹੋਈ ਜਾਂਦੀ ਹੈ, ਜਿਹੜੇ ਲੋਕ ਏਕਤਾ ਦਾ ਰੌਲਾ ਪਾਉਂਦੇ ਆ ਨਾ। ਮੈਂ ਕਹਿੰਦਾ ਰੇਡੀਓ ਵਿਰਸਾ ਹੁੰਦਾ ਚਾਹੇ ਨਾ ਹੁੰਦਾ, ਅਸੀਂ ਨਾ ਵੀ ਬੋਲਦੇ, ਫਿਰ ਵੀ ਮੈਂ ਤਾਂ ਇਹ ਸੋਚੀ ਜਾਂਦਾ ਵੀ ਜੇ ਬੰਦੇ ਬਹਿ ਜਾਂਦੇ ਨਾਲ, ਇਹਨੂੰ ਤਾਂ ਗੱਸੀਆਂ ਪੈਣੀਆਂ ਸੀ ਦੇਖ ਦੇਖ ਕੇ।
ਹੋਰ ਜਿਆਦਾ ਪੰਗਾ ਬੈਠਾ ਸੀ। ਹੁਣ ਜਿੱਦਾਂ ਉਹ ਬਾਹਰ ਜਾਂਦੇ ਆ, ਜਿੱਦਾਂ ਹੁਣ ਤੁਸੀਂ ਦੇਖੋ ਵੀ ਲੋਕ ਸੈਲਫੀਆਂ ਲੈਂਦੇ ਆ, ਮਿਲਦੇ ਆ ਇੱਦਾਂ, ਹਨਾ ਜਾ ਕੇ। ਜੇ ਕਿਤੇ ਮੈਂ ਕਹਿੰਦਾ ਇਹ ਜਿੱਦਾਂ ਹੁਣ ਪੰਥਪ੍ਰੀਤ ਆ ਜਾਂ ਧੁੰਦੇ ਹੁਣੀ ਆ, ਹੁਣ ਜਦੋਂ ਕੈਨੇਡਾ ਦਾ ਟੂਰ ਸੀਗਾ ਉਹਨਾਂ ਦਾ ਦੋ ਹਫ਼ਤੇ ਦਾ, ਤਿੰਨ ਚਾਰ ਤਿੰਨ ਸਾਢੇ ਤਿੰਨ ਹਫ਼ਤੇ ਦਾ, ਜੇ ਇੱਦਾਂ ਦੇ ਮੌਕੇ 'ਤੇ ਹਰ ਵੇਲੇ ਨਾਲ ਹੁੰਦੇ ਇਹ, ਇੱਦਾਂ ਜਾਣੀ ਜਦੋਂ ਕੋਈ ਬੰਦੇ ਆ ਕੇ ਮਿਲਦੇ ਆ, ਗੱਲਬਾਤ ਕਰਦੇ ਆ, ਨਾਲੇ ਹੀ ਹੁੰਦੇ, ਨਾਲ ਬੈਠੇ ਹੁੰਦੇ ਗੜਬਈ ਵਾਜੋ, ਠੀਕ ਆ। ਕਿਤੇ ਇੱਦਾਂ ਤਿੰਨ ਹਫ਼ਤੇ ਰਹਿ ਜਾਂਦੇ, ਇਹ ਤਾਂ ਇਹਨੇ ਤਾਂ ਪੈਰਾਲਾਈਜ਼ ਹੋ ਜਾਣਾ ਸੀ। ਦੋ ਤਿੰਨ ਪੀੜ੍ਹੀਆਂ ਮੈਂ ਕਹਿੰਦਾ ਬੁੱਲ ਜੋਗੀਆਂ ਨਹੀਂ ਸੀ ਰਹਿਣੀਆਂ, ਗੱਸੀਆਂ ਪੈਣੀਆਂ ਸੀ ਇਹਨਾਂ ਨੂੰ, ਪਿਹਾ ਆਹ ਕੁਛ ਜਾਣੀ, ਠੀਕ ਆ। ਇਹ ਨਹੀਂ ਚੱਲ ਸਕਦੇ ਇਹਨਾਂ ਦਾ, ਇਹਨਾਂ ਨੂੰ ਔਰ ਇਹਨਾਂ ਨੂੰ ਅੰਦਾਜ਼ਾ ਵੀ ਹੈ ਨਹੀਂ। ਮੈਂ ਤਾਂ ਜਾਗਰੂਕਾਂ ਨੂੰ ਜਾਣਦਾ ਜਿਹੜੇ ਨਾ ਵੱਡੇ ਤੋਂ ਵੱਡੇ ਦੋਸ਼ ਲਾਉਂਦੇ ਆ, ਇਹ ਵੱਡੇ ਤੋਂ ਵੱਡੇ ਜਿਹੜੇ ਦੋਸ਼ ਲਾਉਂਦੇ ਆ, ਇਹ ਉਹ ਬਹੁਤ ਨਿੱਕੇ ਨਿੱਕੇ ਆ ਜਾਣੀ। ਜਿਹੜੇ ਇਹਨਾਂ ਦੇ ਦੋਸ਼ ਆ ਨਾ ਵੀ ਲੋਈ ਇੰਨੀ ਮਹਿੰਗੀ ਆ, ਹਨਾ ਆਹ ਇੰਨੀਆਂ ਲੋਈਆਂ ਆ, ਹਨਾ ਇੰਨੀਆਂ ਪੱਗਾਂ ਆ, ਇੰਨੀਆਂ ਜੁੱਤੀਆਂ ਆ, ਜਿਹੜੇ ਅੰਦਾਜ਼ੇ ਲਾਉਂਦੇ ਆ ਉਹ ਤਾਂ ਕਿਤੇ ਵੀ ਹੈ ਨਹੀਂ। ਜੇ ਕਿਤੇ ਇਹਨਾਂ ਨੂੰ ਸੱਚ ਪਤਾ ਹੋਵੇ ਤਾਂ ਸੱਚੀ ਮਰ ਜਾਣ ਜਾਣੀ ਇੱਦਾਂ, ਠੀਕ ਆ। ਲਿਟਰਲੀ ਤੁਸੀਂ ਇੱਦਾਂ ਡਿੱਗੋ, ਡਿੱਗਦਿਆਂ ਨੂੰ ਦੇਖੋ ਤੁਸੀਂ, ਠੀਕ।